ਵਿਦੇਸ਼ਾਂ 'ਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨਾਂ ਨਾਲ ਲਗਾਤਾਰ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਅਜਿਹੀ ਖਬਰ ਦੁਬਈ ਤੋਂ ਸਾਹਮਣੇ ਆਈ ਹੈ, ਜਿੱਥੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਸ ਦੁਖਦਾਈ ਖਬਰ ਨਾਲ ਪੂਰੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਲਖਵਿੰਦਰ ਸਿੰਘ 3 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ। ਉੱਥੇ ਉਹ ਨੋਨ ਫੂਡ LIC ਕੰਪਨੀ 'ਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਲਖਵਿੰਦਰ ਸਿੰਘ ਨੇ ਫੋਨ 'ਤੇ ਉਹਨਾਂ ਨੂੰ ਦੱਸਿਆ ਸੀ ਕਿ ਉਸਨੂੰ ਦੁਬਈ ਦਾ ਡਰਾਈਵਿੰਗ ਲਾਇਸੈਂਸ ਮਿਲ ਗਿਆ। ਇਸ ਗੱਲ ਨੂੰ ਲੈ ਕੇ ਲਖਵਿੰਦਰ ਸਿੰਘ ਤੇ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਸੀ, ਪਰ ਬੀਤੀ ਸ਼ਾਮ ਜਦੋਂ ਉਹਨਾਂ ਨੂੰ ਲਖਵਿੰਦਰ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਦਾ ਸੜਕ ਹਾਦਸਾ ਕਿਵੇਂ ਵਾਪਰਿਆ ਇਸ ਦੀ ਜਾਂਚ ਕਰਵਾਈ ਜਾਵੇ ਤੇ ਉਸਦੀ ਮ੍ਰਿਤਕ ਦੇਹ ਨੂੰ ਪਿੰਡ ਖਾਨਪੁਰ ਲਿਆਉਣ 'ਚ ਵੀ ਉਹਨਾਂ ਦੀ ਮਦਦ ਕੀਤੀ ਜਾਵੇ। ਮੈਂ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਕਿ ਉਸਦਾ ਐਕਸੀਡੈਂਟ ਹੋ ਗਿਆ। ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ, ਕਿਹਦੇ ਨਾਲ ਹੋਇਆ, ਇਹ ਕੋਈ ਪਤਾ ਨਹੀਂ ਲੱਗਾ ਜੀ ਅਜੇ ਤੱਕ। ਕਿੰਨੇ ਸਮੇਂ ਤੋਂ ਦੁਬਈ 'ਚ ਰਹਿ ਰਿਹਾ ਸੀ? ਇਹ 3 ਮਹੀਨੇ ਰਹਿਆ ਗਿਆ। ਫਿਲਹਾਲ ਉਹਨੇ ਭੇਜਿਆ ਸੀ ਭੇਜਿਆ ਉਹਨੂੰ ਫੋਨ ਕੀਤਾ, ਉਹਦਾ ਨੰਬਰ ਉਹਦੇ ਲੈਪਟਾਪ 'ਚ ਮਿਲ ਗਿਆ ਉਹਨਾਂ ਨੂੰ, ਅਤੇ ਉਹਨੇ ਉਹਨੂੰ ਫੋਨ ਕੀਤਾ। ਫਿਰ ਉਹਨੇ ਦੁਬਾਰਾ ਆਪਣਾ ਭਰਾ ਉਹਦਾ ਡੁਬਈ ਰਹਿੰਦਾ, ਉਹਨੂੰ ਫੋਨ ਕੀਤਾ ਵੀ ਕਲੀਅਰ ਕਰਕੇ ਦੱਸ ਸਾਨੂੰ। ਉਹ ਤੋਂ ਬਾਅਦ ਫਿਰ ਉਹਨੇ ਫੋਨ ਕਰਕੇ ਆਪਣੇ ਬਦਲਣ ਨੂੰ ਦੱਸਿਆ। ਉਹ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਾ ਫਿਰ ਉਹਨੇ ਫਿਰ ਇੱਥੇ ਪਿੰਡ ਨੂੰ ਫੋਨ ਕੀਤਾ। ਕਿੰਨੇ ਬੇਟੇ ਤੁਹਾਡੇ? ਮੇਰੇ 2 ਬੇਟੇ ਹੈ। ਛੋਟਾ ਸੀ ਵੱਡਾ? ਇਹ ਛੋਟਾ ਹੈ ਜੀ। ਤੁਸੀਂ ਕੀ ਕੇਂਦਰ ਸਰਕਾਰ ਤੋਂ, ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ? ਸਾਡੀ ਸਰਕਾਰ ਦੀ ਉਹਦਾ ਇਨਕੁਆਇਰੀ ਕੀਤੀ ਜਾਵੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ, ਔਰ ਉਹਦੀ ਬੋਡੀ ਜਲਦੀ ਤੋਂ ਜਲਦੀ ਇੰਡੀਆ ਲਿਆਉਂਦੀ ਜਾਵੇ, ਜੋ ਅਸੀਂ ਉਸ ਕਰ ਸਹੀ ਸਲਾਮ ਦੇਖ ਸਕੀਏ ਸੰਸਕਾਰ ਕਰ। ਤੁਹਾਡੇ ਬੇਟੇ ਦਾ ਨਾਮ? ਲਖਵਿੰਦਰ ਸਿੰਘ। ਲਖਵਿੰਦਰ ਸਿੰਘ ਨਾਲ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ, ਕਦੋਂ ਹੋਈ, ਕਿੱਦਾਂ ਹੋਈ ਸੀ? ਮੇਰੇ ਲਖਵਿੰਦਰ ਸਿੰਘ ਨਾਲ ਵੀਰਵਾਰ ਕੱਲ੍ਹ ਹੋਈ ਸੀ, ਸਿਰਫ ਮੈਸੇਜ ਆਇਆ। ਉਹਨੂੰ ਮੈਂ ਮੈਸੇਜ ਕੀਤਾ ਕਿ ਤੂੰ ਕਿੱਥੇ ਆ, ਕਹਿੰਦਾ ਮੈਂ ਦੂਜੇ 'ਤੇ ਮੋਟਰਸਾਈਕਲ 'ਤੇ ਹਾਂ। ਕਹਿੰਦਾ ਜਾਂ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ, ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਅਤੇ ਮੇਰਾ ਲਾਇਸੈਂਸ ਬਣ ਗਿਆ। ਤਾਂ ਮੈਂ ਉਹਨੂੰ ਕਹਿੰਦੀ ਸੀ, ਮੈਂ ਕਿਹਾ ਪੁੱਤ ਤੈਨੂੰ ਹੈ ਨਾ ਦੂਜੇ ਦਫ਼ਤਰ 'ਚ ਤੂੰ ਨੌਕਰੀ ਕਰੇ। ਕਹਿੰਦੇ ਚੱਲ ਮੈਂ ਦਫ਼ਤਰ 'ਚ ਕਰ ਦੂੰਗੀ। ਮੈਂ ਚਾਹੁੰਦੀ ਸੀ ਵੀ ਉਹਦੀ ਦਫ਼ਤਰ 'ਚ ਜੋਬ ਲੱਗੇ ਮੋਟਰਸਾਈਕਲ 'ਤੇ ਨਾ। ਸਾਨੂੰ ਇਨਸਾਫ਼ ਚਾਹੀਦਾ ਮੇਰੇ ਪੁੱਤ ਨੂੰ, ਬੋਡੀ ਸਾਡੇ ਕੋਲ ਆਵੇ, ਅਸੀਂ ਸੰਸਕਾਰ ਕਰ ਸਕੀਏ। ਚੰਚਲ ਸਿੰਘ ਜੀ, ਕਿਹੜੇ ਪਿੰਡ ਸਰ? ਪੈ ਖਾਨਪੁਰ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਪਿੰਡ ਸਾਹਿਬ, ਤੁਹਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ 'ਤੇ ਮੌਤ ਹੋਈ ਹੈ। ਹਾਂਜੀ। ਕੀ ਤੁਸੀਂ ਹੁਣ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ, ਕੇਂਦਰ ਸਰਕਾਰ ਤੋਂ? ਸਾਡੀ ਇਹ ਆ ਵੀ ਜਿਹੜੀ ਹੈਗੀ ਆ ਦੁਬਈ ਸਰਕਾਰ ਜਿਹੜੀ ਆ, ਇਹਦੀ ਮਤਲਬ ਕਿ ਪੂਰੀ ਤਹਿਕੀਕਾਤ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ, ਅਤੇ ਜਿਹੜੀ ਬੋਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇੱਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ, ਪਰਿਵਾਰ ਦੀ ਸਹਾਇਤਾ ਕਰੇ। ਹਾਦਸਾ ਸਰ ਹਾਦਸਾ ਹੋਇਆ, ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਹਦੇ ਨਾਲ ਹੋਇਆ, ਕਿੱਦਾਂ ਹੋਇਆ। ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਵੀ ਐਕਸੀਡੈਂਟ ਹੋਇਆ, ਹੋਇਆ ਕਾਹਦੇ ਨਾਲ ਅਜੇ ਥੋੜ੍ਹੀ ਉਹ ਤਫਤੀਸ਼ ਦੇ ਵਿੱਚ ਨਹੀਂ ਆਇਆ ਹੈਗਾ। ਅਤੇ ਉਹ ਸੋਮਵਾਰ ਨੂੰ ਜਿਹੜੀ ਹੈ
ਸਾਨੂੰ ਫੋਨ ਕਰਕੇ ਪਤਾ ਕੀਤਾ, ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਆਪਣੀ ਰਿਪੋਰਟ ਦੇਵੇਗੀ, ਉਹ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਕੁਛ ਕਿਸ ਤਰ੍ਹਾਂ ਇਹ ਭਾਣਾ ਵਾਪਰਿਆ। ਕਿਸ਼ਨ ਜੀ, ਕੀ ਹੁਣ ਤੁਹਾਡੀ ਪਰਿਵਾਰ ਦੀ ਮੰਗ ਆ? ਸਾਡੇ ਪਰਿਵਾਰ ਦੀ ਮੰਗ ਇਹੀ ਹੈ ਕਿ ਜੋ ਨੋਨ ਫੂਡ ਐਲ ਆਈ ਸੀ ਕੰਪਨੀ ਵਿੱਚ ਕੰਮ ਕਰਦਾ ਸੀ ਦੁਬਈ, ਹਾਂਜੀ ਜੀ, ਦੁਬਈ ਵਿੱਚ ਕੰਮ ਕਰ ਰਹੀ, ਜੋ ਕੰਪਨੀ ਵੱਧ ਤੋਂ ਵੱਧ ਇਸ ਬੰਦੇ ਨੂੰ ਬੱਚੇ ਨੂੰ ਮੁਆਵਜ਼ਾ ਦੇਵੇ, ਅਤੇ ਉਹਦੀ ਡੈਡ ਬੋਡੀ ਹੈ ਉਹ ਸਾਡੇ ਪੰਜਾਬ ਘਰ ਵਿੱਚ ਪਹੁੰਚਾਈ ਜਾਵੇ। ਪੰਜਾਬ ਦੀ ਮਦਦ ਕਰੇ ਦੁਬਈ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਸੀ, ਕਿਸ ਚੀਜ਼ ਦਾ ਕੰਮ ਸੀ? ਹਾਂਜੀ, ਨੋਨ ਫੂਡ ਐਲ ਆਈ ਸੀ ਵਿੱਚ ਆਪਣੇ ਡਿਲੀਵਰੀ ਦੇ ਕੰਮ ਕਰਦੇ ਸੀ ਮੋਟਰਸਾਈਕਲ, ਜਦੋਂ ਹਾਦਸਾ ਹੋਇਆ। ਹਾਂਜੀ,